टोटल है? हाँ जी, महिंद्रा थार सिर्फ 35,000 रुपए, स्कॉर्पियो सिर्फ 55,000 ਦੇ ਵਿੱਚ। ਬੰਦੇ ਮੋਡੀਫਾਈ ਕਰ ਸਕਦੇ? ਮੋਡੀਫਾਈ ਤਾਂ ਕੀਤੀ ਕਰਾਈ ਹੈ, ਇਹ ਤਾਂ ਬਸ ਤਿਆਰ ਜੇ ਕਰਾ ਕੇ ਥੋੜੀ ਚਲਾਣ ਵਾਲੀ ਚੀਜ਼ ਆ। ਕਰਦੇ ਲੋ ਵੀ, ਅੱਜ ਆਪਾਂ ਚੱਲੇ ਆ ਪਟਿਆਲੇ ਦੀ ਟਰੈਕਟਰ ਮਾਰਕੀਟ ਦੇ ਵਿੱਚ, ਤੇ ਆ ਗੱਡੀ ਦਾ ਥੋੜਾ ਜਿਹਾ ਲੈਣਾ ਆਪਾਂ ਸਮਾਨ, ਇੱਕ ਬੰਪਰ ਵਗੈਰਾ ਟੁੱਟਿਆ ਹੋਇਆ, ਬੰਪਰ ਦੇਖਾਂਗੇ, ਲਾਈਟ ਦੇਖਾਂਗੇ, ਤੇ ਗਾ ਸਾਈਡਲ ਜਿਹੜਾ ਆ ਮੇਰਾ ਵਾ ਇਹ ਟੁੱਟਿਆ ਹੋਇਆ, ਇਹਨੂੰ ਦੇਖਾਂਗੇ ਆਪਾਂ। ਇੱਥੇ ਮਿਲਦਾ ਸੈਕਿੰਡ ਹੈਂਡ ਸਸਤਾ ਟੱਕਾ, ਤੇ ਉਹ ਲੈਣਾਂਗੇ, ਬਾਕੀ ਆਪਾਂ ਤੁਹਾਨੂੰ ਮਾਰਕੀਟ ਜਾ ਕੇ ਦਿਖਾਉਂਦੇ ਹਾਂ। ਇੱਕ ਪੰਗਾ ਹੋਰ ਪੈ ਗਿਆ ਯਾਰ, ਗੱਡੀ 'ਚ ਹਵਾ ਨਹੀਂ ਹੈਗੀ ਪਿਛਲੇ ਟਾਇਰ 'ਚ। ਓ ਸ਼ਿਟ ਯਾਰ, ਐਂ ਲੱਗੇ ਚੱਲੇ ਆਪਾਂ ਪਾਣੀ ਪੈਟਰੋਲ ਪੰਪ ਪਹੁੰਚੇ, ਪੰਪ ਤੱਕ ਪਹੁੰਚੇ ਆਪਾਂ, ਫਿਰ ਹਵਾ ਪਵਾ ਕੇ ਨਿਕਲਦੇ ਬਣੀ। ਪੈਂਚਰ ਸੀਗਾ ਤਿੰਨ ਦਿਨ ਪਹਿਲਾਂ, ਉਹਨੇ ਦੱਸਿਆ ਸੀਗਾ ਉਦੋਂ ਟਾਈਮ ਨਹੀਂ ਸੀਗਾ, ਮਾਫੀ ਜਾ ਰਿਹਾ ਸੀ। ਇਹ ਗੱਡੀ ਦੀ ਹਾਲਤ ਬਹੁਤ ਖਰਾਬ ਕਰੀ ਪਈ ਆ, ਧੋਤੀ ਹੈ ਨਹੀਂ 2 ਮਹੀਨੇ ਤੋਂ, ਇਹ ਗੰਦ ਪਾਇਆ ਪਿਆ ਸੀ ਹਾਲ। ਆਹ ਸਾਈਡਾਂ ਵਾਲੇ ਸ਼ੀਸ਼ੇ ਤੁਸੀਂ ਦੇਖ ਸਕਦੇ ਹੋ, ਗੰਦੇ ਗੰਦੇ ਬੂੰਦੇ ਦਾਗ ਪਏ ਨੇ ਵਿੱਚ, ਮੀਂਹ ਸਭ ਕੁਝ ਮਿੱਟੀ ਜਮੀ ਪਿਆ, ਰੰਗ ਬਦਲਿਆ ਪਿਆ। ਬਾਕੀ ਆਪਾਂ ਤੁਹਾਨੂੰ ਦਿਖਾਉਂਦੇ ਪਰੋ ਜਾ ਕੇ ਉੱਥੇ ਮਾਰਕੀਟ 'ਚ। ਉਹ ਕਹਿੰਦੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਪੈਂਚਰ ਹੈ ਨਵਾਂ ਹੀ ਪਵਾ ਲਾਂਗੇ ਇੱਥੇ ਆ ਕੇ। ਚੱਲ ਹੈਗਾ, ਸਾਡੇ ਵਰਗਾ ਕੋਈ ਕੰਜੂਸ ਨਹੀਂ ਹੋਣਾ, ਪੈਂਚਰ ਸੀਗਾ ਅਸੀਂ ਫਿਰ ਵੀ ਹਵਾ ਭਰਾ ਕੇ ਆਏ। ਉਹ ਨਹੀਂ ਬਈ, ਕੰਜੂਸ ਵਾਲੀ ਗੱਲ ਨਹੀਂ ਹੈਗੀ, ਅਸੀਂ ਹਵਾ ਤਾਂ ਭਰਾਈ ਹੈ ਵੀ ਆਹ ਸੂਰਜ ਲੰਘ ਜਾਣਾ, ਫਿਰ ਸਾਡਾ ਵੀਡੀਓ ਵਗੈਰਾ ਬਣਨੀ ਨਹੀਂ ਹੈਗੀ ਕੁਛ, ਪਹਿਲਾਂ ਵੀਡੀਓ ਬਣਾ ਲਈ ਆ ਕੇ ਪੈਂਚਰ ਲਵਾ ਲਾਂਗੇ ਆਪਾਂ ਸ਼ਾਮ ਦਾ ਟਾਈਮ। ਚਲੋ ਮਿਲਦੇ ਹਾਂ ਟਰੈਕਟਰ ਮਾਰਕੀਟ ਬਰੋ, ਆਪਾਂ ਐਂਟਰ ਕਰ ਗਏ ਬਰੋ ਟਰੈਕਟਰ ਮਾਰਕੀਟ ਦੇ ਵਿੱਚ। ਕਹਿੰਦੇ ਨੂੰ ਟਰੈਕਟਰ ਮਾਰਕੀਟ ਹੈ, ਬਟ ਇੱਥੇ ਗੱਡੀਆਂ ਗੁੱਡੀਆਂ ਟਰੈਕਟਰ ਟਰਾਲੇ ਜਿਹੜੀ ਮਰਜ਼ੀ ਚੀਜ਼ ਲੈ ਲਓ ਸਭ ਮਿਲਦਾ ਇੱਥੇ। ਆਹ ਦੇਖੋ ਜੀ, ਖੋਲ ਰੱਖੇ ਨੇ ਪਰਜੇ ਤੋਂ ਪਰਜਾ ਟਰੈਕਟਰ ਸਾਰੇ ਕਿਸ਼ਿਆਂ ਦੀ, ਆਹ ਟਰੈਕਟਰ ਖੜੇ ਨੇ, ਨਵੇਂ ਵੀ ਮਿਲ ਜਾਂਦੇ ਨੇ, ਪੁਰਾਣੇ ਵੀ ਮਿਲ ਜਾਂਦੇ ਨੇ, ਚੱਲਦੇ ਵੀ ਮਿਲ ਜਾਂਦੇ ਨੇ। ਮੇਨ ਸਪੇਅਰ ਪਾਰਟ ਵਾਸਤੇ ਆ ਥਾਂ ਬਰੋ ਇਹ। ਆਪਾਂ ਪਹਿਲਾਂ ਦੇਖਦੇ ਹਾਂ ਕਿਤੇ ਸਾਹਮਣੇ ਹੈਗੀਆਂ ਦੁਕਾਨਾਂ, ਇੱਥੇ ਆਪਾਂ ਪਹਿਲਾਂ ਦੇਖਦੇ ਹਾਂ ਆਪਣੇ ਨਾਲ ਦੀ ਗੱਡੀ ਆ ਖੜੀ ਆ, ਹੁੰਡਾ ਸਿਵਿਕ ਹੈਗੀ ਆ ਬਲੂ ਕਲਰ 'ਚ, ਇਹਦੇ ਫਿਰ ਆਪਾਂ ਨੂੰ ਰੰਗ ਕਰਾਉਣਾ ਪਊਗਾ ਸ਼ੀਸ਼ਿਆਂ ਸ਼ੁਸ਼ਿਆਂ 'ਤੇ, ਹੈ ਨਾ। ਹਾਂ ਬਈ, ਮਿਲਦਾ ਕੀ ਵੈਸੇ ਆਪਣੀ ਗੱਡੀ? ਪਹਿਲਾਂ ਆਪਾਂ ਦੇਖੀਏ 4 ਕਿਲੋ ਦੀ ਗੱਡੀ ਜੇ ਆਪਾਂ ਨੂੰ ਮਿਲਦੀ ਆ ਆਪਣੀ ਗੱਡੀ ਦੇ ਨਾਲ ਦੀ, ਠੀਕ ਆ, ਘੁੰਮ ਕੇ ਆਵਾਂਗੇ ਆਪਾਂ। ਆ ਜਾਓ ਫਿਰ ਪਹਿਲਾਂ ਅੱਗੇ ਚੱਲ ਰਿਹਾ, ਇਹ ਸਾਰਾ ਟਰੈਕਟਰ ਮਾਰਕੀਟ ਆ, ਟਰੈਕਟਰ ਮਾਰਕੀਟ। ਸਮਾਨ ਦੇਖੋ ਇੱਥੇ ਬਾਈ ਜੀ, ਦਿਲ ਖੁਸ਼ ਹੁੰਦਾ। ਆ ਜਿਹੜੇ ਜਿੱਪਾਂ ਜੁੱਪਾਂ ਦੇ ਸ਼ੌਕੀਨ ਨੇ ਜਾਂ ਮੋਡੀਫਾਇਰ ਬੰਦੇ ਨੇ, ਹੈ ਨਾ, ਮੋਡੀਫਾਈ ਕਰਦੇ ਨੇ ਚੀਜ਼ਾਂ ਚੁੱਜ਼ਾਂ ਦੀਆਂ, ਅਤੇ ਉਹਨਾਂ ਵਾਸਤੇ ਤਾਂ ਇਹ ਜਗ੍ਹਾ ਸਵਰਗ ਆ, ਕਿਉਂਕਿ ਇੱਥੇ ਉਹਨਾਂ ਨੂੰ ਵਾਧੂ ਕੁਛ ਮਿਲ ਜਾਂਦਾ ਗਾ। ਸੈਕਿੰਡ ਹੈਂਡ ਮਾਲ ਸਾਰਾ ਨਾ, ਨਵਾਂ ਵੀ ਮਿਲਦਾ ਹੋਣਾ ਨਾ, ਨਵਾਂ ਵੀ ਬੈਸਟ ਹਰਦਾ। ਨਾਲੇ ਐਕਸੀਡੈਂਟਲ ਕਹਿ ਸਕਦੇ ਹਾਂ ਆਪਾਂ, ਚੋਰੀ ਦਾ ਤਾਂ ਨਹੀਂ ਕਹਾਂਗੇ, ਬਾਕੀ ਸਾਰਾ ਸਮਾਨ ਇੱਥੇ ਅੱਗੇ ਖੁੱਲ੍ਹ ਜਾਂਦਾ। ਅੱਛਾ, ਬੜੀ ਜਗ੍ਹਾ ਤੰਗ ਆ, ਪਹਿਲੇ ਸ਼ੀਸ਼ੇ ਟੁੱਟੇ ਹੋਏ ਨੇ, ਹੋਰ ਕਿਤੇ ਦੂਸਰੇ ਵੀ ਲੈਣਾ ਪਵੇ। ਹੋਰ ਆਹ ਦੇਖੋ ਬਾਈ, ਡਾਇਰੈਕਟਰ ਦੇਖਦੇ ਹੋਏ, ਹੈ ਨਾ, ਅਤੇ ਆਪਾਂ ਇਹਨੂੰ ਥੋੜ੍ਹਾ ਜਿਹਾ ਸਾਈਡ ਦੇ ਦੇ ਵੀਰੇ, ਹੋਰ ਆਵਾਜ਼ ਦਾ ਨਹੀਂ ਹੂਟਰ ਮਾਰਾਂਗੇ, ਚੰਗੀ ਗੱਲ। ਟਰੈਕਟਰ ਕਰ ਰਿਹਾ ਬਾਈ, ਸਾਰੀ ਆ ਖੜੇ ਹਨ ਜਿਪਸੀਆਂ। ਮੈਂ ਤੁਹਾਨੂੰ ਅੱਜ ਬਰੋ ਇੱਕ ਨਵੀਂ ਚੀਜ਼ ਦਿਖਾਉਣ ਲਈ ਆਇਆ, ਜਿਪਸੀ, ਜਿਪਸੀਆਂ ਜਿਹਨਾਂ ਨੂੰ ਸ਼ੌਂਕ ਹੈ ਨਾ ਜਿਪਸੀ ਦਾ, ਮੋਡੀਫਾਈ ਪਾਗਲ ਹੋ ਜਾਣਗੇ ਇੱਥੇ ਆ ਕੇ ਥਾਂ 'ਤੇ, ਉਹਨਾਂ ਨੂੰ ਸਵਾਦ ਆ ਜਾਣਾ। ਇੱਥੇ ਜਿਪਸੀਆਂ ਮਿਲਦੀਆਂ ਬਰੋ, ਜਿਪਸੀਆਂ ਲਓ, ਤਿਆਰ ਕਰੋ, ਵੇਚੋ ਬਾਈ, ਬਲੈਰੋ ਜੀ ਕਰੋ। ਥਾਰ ਖੜੀਆ ਦੇਖੀ ਨਹੀਂ, ਸੈਕਸੀ ਲੱਗਦੀ ਨਹੀਂ, ਦਿਖਾ ਬਰੋ ਥਾਰ, ਦਿਖਾ ਦਿਓ ਅੱਗੇ ਕੀ ਦਿਖਾਈ ਨਾ ਥਾਰ, ਬਲੈਰੋ ਦੇਖੋ। ਮੈਂ ਬਲੈਰੋ ਦੇਖੋ, ਜਿਪਾਂ ਦੇਖੋ, ਆਹ ਜਿਪਸੀਆਂ ਦੇਖੋ ਬਰੋ ਇੱਧਰ। ਆਪਾਂ ਪਹਿਲਾਂ ਗੱਡੀ ਲਾ ਲਈਏ ਕਿਤੇ ਟਿਕਾਣੇ 'ਤੇ, ਜਿਹੜੇ ਤੁਰ ਕੇ ਆਪਾਂ ਸ਼ੂਟ ਕਰ ਸਕੇ, ਤੱਕੇ ਸ਼ੂਟ ਕਰ ਸਕੇ। ਓ ਬਾਈ ਗੁੱਡ, ਜੀਪ ਦੇਖ ਅੱਗੇ ਤੂੰ, ਓ ਬਾਈ ਗੁੱਡ, ਤੂੰ ਸ਼ੀਸ਼ਾ ਖੋਲ ਦਿੰਦਾ ਮੈਂ। ਆਹ ਦੇਖੋ ਬਰੋ, ਸ਼ੌਂਕ ਵਾਲੀ ਚੀਜ਼ ਆਈ ਹੋਈ ਆ, ਸ਼ੌਂਕ ਵਾਲੀ, ਬੰਦੇ ਮੋਡੀਫਾਈ ਕਰ ਸਕੇ, ਮੋਡੀਫਾਈ ਤਾਂ ਕੀਤੀ ਕਰਾਈ ਹੈ, ਇਹ ਤਾਂ ਬਸ ਤਿਆਰ ਜੇ ਕਰਕੇ ਥੋੜ੍ਹੀ ਚਲਾਉਣ ਵਾਲੀ ਚੀਜ਼ ਆ। ਸਾਡੀ ਨਾ ਆਜੇ ਵੀਰੇ, ਕੋਈ ਨਾ ਕੋਈ ਨਾ ਬਾਈ, ਸਾਰੇ ਵਿੱਚ ਆ ਜਾਣਗੇ। ਠੀਕ ਆ ਬਾਈ, ਦੇਖੋ ਆਪਾਂ ਇੱਥੇ ਰੁਕ ਲਈਏ, ਗੱਡੀ ਦੇਖੀ ਕਿਤੇ ਆਪਣੀ ਗੱਡੀ ਚੱਕ ਲਿਆ ਜਾਣ, ਕਹਿ ਰਹੇ ਵੀ ਆਹ ਨਵੀਂ ਗੱਡੀ ਆ, ਕੱਢ ਕੇ ਦੇ ਦੋ ਸਮਾਨ। ਸਪੇਅਰ ਖੋਲਦੀ ਆਪਾਂ ਦੇਖੀਏ। ਆਹ ਦੇਖੋ ਬਲੈਰੋ ਮਾਰਸ਼ਲ ਖੜੀ, ਇਹ ਮੋਡੀਫਾਈ ਕਰਨਾ ਹੈ ਵਧੀਆ ਤਰੀਕੇ ਨਾਲ ਕਰ ਸਕਦਾ ਬੰਦਾ ਆਰਾਮ ਨਾਲ, ਸਾਰੇ ਬੋਡੀ ਦੇ ਬਾਰੇ ਪਾਰਟ ਮਿਲ ਜਾਂਦੇ ਨੇ। ਆਹ ਦੇਖੋ ਬਰੋ, ਢੇਰ ਦੇ ਢੇਰ ਬਰੋ, ਆਹ ਤਾਂ ਦਿਲ ਦੇਖ ਕੇ ਜਿੱਦਾਂ ਮੇਰਾ ਦਿਲ ਖੁਸ਼ ਹੋ ਜਾਂਦਾ। ਹੋਰ ਮੈਂ ਕੁਛ ਤਾਂ ਭਾਲਦਾ, ਕਈ ਵਾਰ ਤਾਂ ਦਿਲ ਕਰਦਾ ਇਹ ਚੱਕ ਕੇ ਲੈ ਜਾ ਇਹਨਾਂ ਨੂੰ ਸਾਰਿਆਂ ਨੂੰ ਇੱਥੋਂ, ਅਤੇ ਉਹਦੇ ਬਾਅਦ ਬਸ ਸਮਾਨ ਲਈ। ਸਕੋਡਾ ਖੜੀ ਬਾਈ, ਆਪਾਂ ਗੱਡੀ ਥੋੜ੍ਹੀ ਸਾਈਡ 'ਤੇ ਲਾ ਲਈ, ਇੱਧਰ ਲਾ ਲਈ ਨਾ, ਇੱਥੇ ਰਾਰੂ ਹੈ ਨਹੀਂ ਧਿਆਨ ਨਾਲ, ਵੈਸੇ ਕਿਤੇ ਆਪਣੀ ਗੱਡੀ ਨਾਲ ਰਲਣਾ ਜਾਵੇ।
ਐਨੀ ਮਾੜੀ ਹਾਲਤ ਨਹੀਂ ਹੋਈ। ਵੈਸੇ ਗੱਲ ਸਹੀ ਹੈ, ਇਹਦੇ ਹੋਰਨ ਕੱਢਣਾ ਲੈ ਚ ਹੋਰਨ ਕੱਢਣੇ ਬਰਾਬਰ ਚ ਪਹਿਲੇ ਹੋਰਨ ਕੱਢਣਾ ਅੰਦਰ ਹੋਰ ਇੱਥੇ ਆਉਂਗੇ ਨਾ ਆਪਣੇ ਚਿੱਟੇ ਬੂਟ ਪਾ ਕੇ ਨਾ ਆਇਓ, ਨਹੀਂ ਤਾਂ ਬਸ ਚਿੱਟੇ ਹੁਣ ਤੁਸੀਂ ਦੇਖੋ ਇਹ ਜਗ ਜਾਵਾਂਗੇ ਕਾਲੇ ਹੋ ਜਾਣਗੇ ਰੰਗ ਬਰਾਊਨ ਹੋ ਜਾਣਾ। ਚਲੋ ਆਜੋ ਦਿਖਾਈਏ ਤੁਹਾਨੂੰ ਚੀਜ਼ਾਂ, ਲੈ ਹੁਣ ਕੈਮਰਾ ਮੈਨੂੰ ਫੜਾ ਦੇ ਮੁੰਡਿਆ। ਹਲੋ ਆਹ ਦੇਖੋ ਬ్రో, ਸਭ ਤੋਂ ਪਹਿਲਾਂ ਕਿਹੜਾ ਟਰੱਕ ਹੈ, ਬਹੁਤ ਪੁਰਾਣਾ ਲੱਗਦਾ ਬ్రో, ਬਹੁਤ ਪੁਰਾਣਾ ਹੈਗਾ ਹੀ ਆ। ਇੱਧਰ ਦੇਖੋ ਆ ਜਿਪਸੀਆਂ ਦੀਆਂ ਬੋਡੀ ਸ਼ੈਲ ਜੇ ਟੰਗੇ ਪਏ, ਐਕਸੀਡੈਂਟ ਵਗੈਰਾ ਸਾਰੀ ਗੱਡੀ ਹੋਰੀ ਆਉਂਦੀ ਨੇ ਨਾ, ਸਭ ਕੁਝ ਅੱਤੀ ਆਉਂਦਾ। ਮੈਨੂੰ ਪਹਿਲਾਂ ਮੈਨੂਅਲੀ ਫੋਕਸ ਤੇ ਲਾ ਲਾ, ਇਦਾਂ ਕੁਛ ਮਿਲਦਾ ਇੱਥੇ ਸਭ ਕੁਛ ਏ ਟੂ ਜ਼ੈਡ। ਆਪਾਂ ਆਪਣੀ ਗੱਡੀ ਦਾ ਲੈਣ ਆਇਆ ਮੇਨ, ਇਹਦਾ ਇਹਦਾ ਜਿਹੜਾ ਆਹ ਵਾਲਾ ਸ਼ੀਸ਼ਾ ਹੈਗਾ ਆਹ, ਅਤੇ ਇਹਦਾ ਆਪਾਂ ਬੰਪਰ ਪਤਾ ਕਰਾਂਗੇ ਇੱਥੇ, ਇੱਕ ਆਹ ਸਾਈਡ ਲਾਈਟ, ਇੱਕ ਆਹ ਫੋਗ ਲਾਈਟਾਂ, ਮਤਲਬ ਆਹ ਚੀਜ਼ਾਂ ਦੇਖਾਂਗੇ ਫਿਰ ਗੱਡੀ ਸੋਹਣੀ ਲੁੱਕ ਆਵੇ। ਬੜੇ ਹੈਵੀ ਡਰਾਈਵਰ ਸਰ, ਬੜੇ ਹੈਵੀ ਡਰਾਈਵਰ, ਬਹੁਤ ਹੈਵੀ ਡਰਾਈਵਰ ਆ। ਮੈਂ ਲਓ ਜੀ ਆਹ ਸਕੋਰਪੀਓ ਵਕਾਊ ਆ, ਪਾਸਿੰਗ ਮੁੱਕੀ ਹੋਈ ਆ, ਅਤੇ ਉੱਦਾਂ ਗੱਡੀ ਦੇ ਕਾਗਜ਼ ਪੱਤਰ ਸਾਰੇ ਪੂਰੇ ਨੇ, ਗੱਡੀ ਦੀ ਲੁੱਕ ਵੀ ਵਧੀਆ, ਟਾਇਰ ਟੱਪੇ ਵੀ ਸਹੀ ਨੇ, ਪੇਂਟ ਪੂੰਟ ਸਭ ਓਰੀਜਨਲ ਆ, ਅੰਦਰ ਵੀ ਨੀਟ ਐਂਡ ਕਲੀਨ ਆ। ਇਹ ਗੱਡੀ ਆ ਵੇਖੋ, ਬਹੁਤ ਹੀ ਘੱਟ ਰੇਟ 'ਚ ਲਾਏ ਵਗੈਰਾ ਸੋਹਣੇ ਪਾਏ ਹੋਏ ਨੇ, ਗੱਡੀ ਵਿੱਚ ਸਹੀ ਹੈ ਯਾਰ, ਹੈ ਨਾ, ਕੋਈ ਉਹ ਨਹੀਂ ਕਹਿ ਸਕਦੇ ਵੀ ਜਿਵੇਂ ਖਸਤਾ ਹਾਲਤ 'ਚ, ਖਸਤਾ ਹਾਲਤ 'ਚ ਉਹ ਸੋਹਣੀ ਗੱਡੀ ਆ। ਲੋਈ ਵੀ ਘੈਂਟ ਪਏ ਹੋਏ ਨੇ, ਅਤੇ ਐੱਚ ਆਰ ਨੰਬਰ ਆ ਬਰੋ ਇਹਦਾ, ਠੀਕ ਆ, ਹਰਿਆਣੇ ਦੀ ਵੀਰ ਨੇ ਜੇ ਕਿਸੇ ਨੇ ਲੈਣੀ ਹੋਵੇ, ਬਾਕੀ ਪੰਜਾਬੀ ਵੀ ਪੰਜਾਬ 'ਚ ਚੱਲੀ ਜਾਂਦੀ, ਹਰੇਕ ਜਗ੍ਹਾ 'ਤੇ ਚੱਲੀ ਜਾਂਦੀ ਆ, ਅਤੇ ਕਿਸੇ ਨੇ ਲੈਣੀ ਆ ਤਾਂ ਦੱਸ ਦਿਓ, ਰੇਟ ਬਿਲਕੁਲ ਜਾਇਜ਼ ਆ ਬਰੋ, ਬਿਲਕੁਲ ਜਾਇਜ਼ ਰੇਟ 'ਤੇ। ਆਹ ਦੇਖੋ ਕਬਾੜੀ ਮਾਰਕੀਟ ਬਈ, ਜਿਹੜੇ ਮਰਜ਼ੀ ਗੱਡੀ ਸਾਰਾ ਸਮਾਨ ਮਿਲਦੇ ਨੇ, ਕੱਲੀ ਕੱਲੀ ਨਾ ਇੱਧਰ ਦੇਖਿਆ। ਲਓ ਮਿੱਠੇ ਹੋ, ਇੱਕ ਆਹ ਵੀ ਗੱਡੀ ਵਕਾਊ ਆ, ਠੀਕ ਆ, ਮਹਿੰਦਰਾ 550, ਠੀਕ ਹੈ, ਜਿਹੜੀ ਥਾਰ ਬਣ ਜਾਂਦੀ ਆ, ਅਤੇ ਜਿਹੜੇ ਮੇਰੇ ਵੀਰ ਨੇ ਮੋਡੀਫਾਈ ਕਰਨੀ ਹੋਵੇ ਆਹ ਗੱਡੀ ਜਦੋਂ ਮਰਜ਼ੀ ਆ ਕੇ ਲੈ ਜੇ ਇੱਥੋਂ, ਠੀਕ ਆ। ਰੇਟ ਸਿਰਫ ਹੈਗਾ 35,000 ਰੁਪਏ ਦਾ, ਠੀਕ ਆ, ਕਾਗਜ਼ ਪੱਤਰ ਤੁਹਾਨੂੰ ਆਰ ਸੀ ਉਰਸੀ ਨਾਲ ਮਿਲੂਗੀ, ਪਾਸਿੰਗ ਪੂਸਿੰਗ ਦਾ ਕੋਈ ਸੀਨ ਨਹੀਂ ਪਤਾ, PV ਨੰਬਰ ਆ ਇਹ, ਲਾਏ ਵਗੈਰਾ ਪਏ ਨੇ, ਬਾਕੀ ਜਿਹਨੇ ਮੋਡੀਫਾਈ ਕਰਨ ਲਈ ਉਹਦੇ ਲਈ ਤਾਂ ਬਹੁਤ ਵਧੀਆ ਚੀਜ਼ ਆ ਇਹ, ਬਹੁਤ ਸੋਹਣੀ ਹੈ, ਬਹੁਤ ਸੋਹਣੀ। ਉਹ ਮਾਰਕੀਟ 'ਚ ਤਾਂ ਫਿਰੀ ਜਾਂਦੇ ਹਾਂ, ਆਪਣੀ ਗੱਡੀ ਵਾਲਾ ਮਾਡਲ ਵੀ ਮਿਲ ਗਿਆ, ਪਰ ਆਪਣੀ ਗੱਡੀ ਹੈਗੀ ਟੋਪ ਮਾਡਲ, ਆਪਾਂ ਨੂੰ ਇੰਡੀਕੇਟਰ ਚਾਹੀਦੇ ਆ ਸਾਈਡ ਵਾਲੇ ਮਿਰਰ 'ਚ, ਉਹ ਮਿਲ ਨਹੀਂ ਰਹੇ, ਹੁਣ ਲੱਭਦੇ ਪਏ ਹਾਂ, ਕਿਤੇ ਨਾ ਕਿਤੇ ਤਾਂ ਮਿਲਣ ਗਿਆ। ਹੋਰ ਬਾਕੀ ਕੁਛ ਬਹੁਤ ਹੋ ਗਏ, ਟਾਇਰ ਟੂਰ ਜੇ ਟੱਪਾ ਲਾਈਟ ਵੀ ਮਿਲ ਜਾਣੀ ਆ, ਇੰਡੀਕੇਟਰ ਵੀ ਮਿਲ ਜਾਣੇ ਆ, ਤੇ ਆਹ ਬੰਪਰ ਵਗੈਰਾ ਵੀ ਮਿਲ ਜਾਣੇ ਆ, ਬਾਕੀ ਆਪਾਂ ਜਾ ਕੇ ਦੇਖਦੇ ਹਾਂ ਬਾਈ ਉਹਨਾਂ ਨੂੰ ਕਿਹਾ ਹੋਇਆ ਲੱਭਣ ਲਈ, ਤੇ ਉਹ ਲੱਭਦੇ ਪਏ ਨੇ, ਅੱਜ ਉਹਨਾਂ ਦਿਖਾਉਣਾ। ਨੰਬਰ ਲਿਖਿਆ ਬਈ, ਬੰਪਰ ਵਗੈਰਾ ਪਏ ਨੇ ਸਾਨੂੰ, ਆਹ ਦੇਖੋ ਦੇਖੋ ਬਰੋ ਕਿੰਨਾ ਸਮਾਨ ਹੋ ਗਿਆ, ਲਾਈਟਾਂ ਵਗੈਰਾ ਗੱਡੀ ਦੀਆਂ ਸਾਰੀਆਂ ਸੈਕਿੰਡ ਹੈਂਡ, ਆਹ ਪਿੱਛੇ ਵਾਲੀਆਂ ਡਿੱਗੀ ਹੋਈਆਂ ਹੋਣੀਆਂ, ਜਿਵੇਂ ਡਿਜ਼ਾਇਰ ਦਾ ਪਿਆ ਸਮਾਨ, ਅਤੇ ਇੱਧਰ ਆਹ ਬੰਪਰ ਆ ਗਏ ਫਰੰਟ 'ਤੇ, ਆਹ ਹੁੰਦਾ ਸੀ ਵਿਕਦੀ ਲੱਗਦਾ ਮੈਨੂੰ ਆਪਣੇ ਇੱਧਰ, ਹੈ ਨਾ, ਇਹ ਨਹੀਂ ਆਉਂਦਾ ਸੀ, ਇਹ ਬੰਪਰ ਆ ਗਏ ਸਾਈਡ ਦੇ ਸਾਰੇ, ਹੈ ਨਾ, ਅਤੇ ਇੱਧਰ ਆ ਖਿੜਕੀਆਂ ਵਗੈਰਾ ਵੀ ਹੈਗੀਆਂ ਸਾਰੀ ਗੱਡੀਆਂ ਦੀ, ਤਕਰੀਬਨ ਤੁਹਾਨੂੰ ਉੱਥੇ ਗੱਡੀ ਦਾ ਸਾਰਾ ਸਮਾਨ ਮਿਲ ਜਾਣਾ, ਅੱਜ ਤਾਂ ਇਸੇ ਰੀਜ਼ਨ ਨਾਲ ਆਇਆ, ਬਾਕੀ ਮਿਲਣਾ ਵੀ ਬਣਦਾ ਆਹ ਲਾਈਟਾਂ ਵਗੈਰਾ, ਬਾਕੀ ਹੁਣ ਬਾਈ ਅੰਦਰ ਲੱਭਦੇ ਪਏ ਨੇ ਸਮਾਨ, ਅੰਦਰ ਹੋਰ ਵੀ ਵਾਹਵਾ ਸਮਾਨ ਹੋ ਗਿਆ, ਮੋਟਾ ਗੱਡੀਆਂ ਜਿੰਨਾ ਕੁ ਵੀ ਹੁੰਦਾ ਸਭ ਮਿਲ ਜਾਣਾ ਇੱਥੇ, ਠੀਕ ਹੈ, ਬਾਕੀ ਦਿਖਾਉਣਾ ਜਿੱਦਾਂ ਤੁਹਾਨੂੰ ਮਿਲਦਾ ਸਮਾਨ। ਗੱਡੀ ਆਪਣੀ ਭਾਜੀ ਨੇ ਹੈਲਪ ਕੀਤੀ ਸੀਗੀ, ਉਹ ਬਾਈ ਫੜਨ ਸਾਹਮਣੇ
ਇੱਦਾਂ ਕਰ ਦਿਓ ਜੀ, ਇੱਦਾਂ ਕਰ ਦਿਓ, ਸਮਾਨ ਮਿਲ ਜੂਗਾ। ਵੈਸੇ ਅੰਕਲ ਕਲੀਅਰ ਨਹੀਂ ਆਏ, ਵੈਸੇ ਨਾ ਇੱਕ ਆ ਕਰੀ ਹੁੰਦਾ ਸੀ। ਚਲੋ ਇਹ ਆ ਗਈ, ਆਪਾਂ ਉਹ ਟਰੈਕਟਰ ਕੇ ਲਾ ਲਈਏ ਜਗ੍ਹਾ ਕੀ ਬਾਈ ਕਿਤੇ ਜਗ੍ਹਾ ਹੀ ਦੇਖ ਲਿਆ ਆਪਾਂ ਗੱਡੀ ਹੈ ਟੀ ਤਾਂ ਲਿਆ ਹੈ ਹੋਰ ਹੋਰ ਕਿਹੜਾ ਲੈ ਕੇ ਆਉਂ ਗੱਡੀ ਆਪੇ ਲੈ ਕੇ ਬੈਕ ਲਾਣੀ ਹੈ ਇੱਧਰ ਸਿੱਧਰ ਅੱਗੇ ਲਾਣੀ ਪਈ ਸ਼ੋਪ ਸੀ ਹਾਂ ਫਰੰਟ ਲਾਣੀ ਪਈ ਗੱਡੀ ਇੱਥੇ ਲਾ ਲੈਣੇ ਆਪਾਂ ਸਾਈਡ ਤੇ ਬਸ ਗੱਡੀ ਲੰਘਦੀ ਵੀ ਰਹਿਣ ਪਿੱਛੇ ਲਾਣਾ ਯਾਰ ਬ੍ਰੋ ਕਰੋ ਦੇਖੀ ਬਾਬਾ ਦੇ ਆੜਤਾ ਸੀ ਕਾਲੀ ਕਾਲੀ ਲੈ ਕਾ ਆਪਾਂ ਪਹੁੰਚ ਗਏ ਬਾਈ ਉਹਨਾਂ ਨੂੰ ਚੈੱਕ ਕਰਾ ਦਈਏ ਬੰਪਰ ਬੋਨਟ ਸਭ ਕੁਝ ਬੋਨਟ ਨਹੀਂ ਬੰਪਰ ਬੰਪਰ ਕਹਿੰਦੇ ਕੀ ਨੇ ਆ ਜਾਓ ਹਟ ਸਾਈ ਵਰਕਿੰਗ ਆ ਸਾਰਾ ਤੁਸੀਂ ਪਹਿਲੇ ਦੇਖ ਲਿਆ ਬਾਅਦ 'ਚ ਵੀ ਦੇਖ ਲੈਣਾ ਸੀ ਮੈਨੂੰ ਅੱਜ ਨਹੀਂ ਹੋਏਗਾ ਅੱਜ ਨਹੀਂ ਹੋਏਗਾ ਅੱਛਾ ਤੁਸੀਂ ਹੁਣ ਇਹ ਤਾਂ ਕੀ ਕਰੋਗੇ ਫਿਰ ਆਹ ਬੋਨਟ ਦਾ ਬੰਪਰ ਦਾ ਫਿਰ ਰਿਪੇਅਰ ਹੋਏਗਾ ਜੇ ਆਪਾਂ ਪੂਰਾ ਚੇਂਜ ਕਰ ਦਈਏ ਕਹਿੰਦੇ ਖਰਾਬ ਆ ਜਿਹੜੇ ਪਿੰਡ ਨੂੰ ਦਿਖਾਇਆ ਸੀਗਾ ਪਰ ਉਹ ਉੱਥੇ ਪੱਟੀ ਭਰਨੀ ਪੈਂਦੀ ਨਾ ਬੜੀਆਂ ਟੁੱਟੀ ਭਰਨੀ ਪੈਂਦੀ ਜੇ ਆਪਣੀ ਬੰਦਾ ਹੈਗਾ ਤਾਂ ਪੇਂਟ ਕਰਾ ਦਾਂਗੇ ਆਪਣੇ ਜਾਲੀ ਜੀ ਹੁੰਦੀ ਆ ਧੁੱਪ ਦੇ ਚੱਕਰ ਅਸੀਂ ਸ਼ਾਮ ਨੂੰ ਨਿਕਲੇ ਮੱਛਰ ਆਏ ਦੇਖਦੇ ਆ ਲਾਈਟ ਲਾ ਕੇ ਲਾਈਟਾਂ ਜੇ ਵਧੀਆ ਲੱਗੀਆਂ ਜੀ ਆਹ ਲਾਈਟਾਂ ਵੈਸੇ ਘੈਂਟ ਨੇ ਸ਼ੋਅ ਵੀ ਅਸੀਂ ਆਪ ਲਾਈ ਆ ਸਫਾਈ ਸਾਡੀ ਕੀਤੀ ਹੋਈ ਹੈ ਅੱਛਾ ਜੀ ਪੂਰੀ ਸਾਡੇ ਸਫਾਈ ਆਪਣੀ ਕੀਤੀ ਹੋਈ ਅੱਛਾ ਜੀ ਗੱਡੀ ਲਾਈਟਾਂ ਦੇਖਦੇ ਇਹ ਮੈਨੂੰ ਲੱਗਦਾ ਇੱਧਰਲੀ ਸਾਈਡ ਲੱਗੂਗਾ ਜਿਵੇਂ ਪਿੱਛੇ ਇਹ ਗੱਲ ਦਿਖਾਵਾਂਗੇ ਪੂਰਾ ਤੁਸੀਂ ਇਹ ਲਾਣਾ ਇਹ ਅੰਦਰ ਲੱਗਣਗੇ ਪੂਰਾ ਲੱਗਦਾ ਹਾਂ ਸੋਹਣਾ ਵੀ ਡੈਡ ਵਾਲੇ ਆਪਣੀ ਗੱਲ ਹੋ ਗਈ ਬਾਈ ਨਾਲ ਹੁਣ ਕਹਿੰਦੇ ਹੋ ਗਈ ਰਾਤ ਮੱਛਰਾਂ ਦਾ ਟਾਈਮ ਹੋ ਗਿਆ ਉਹਨਾਂ ਦੀ ਲੇਬਰ ਨੇ ਜਾਣਾ ਤੇ ਉਹ ਕੱਲ ਦਾ ਟਾਈਮ ਦਿੱਤਾ ਉਹਨਾਂ ਨੇ ਆਪਾਂ ਨੂੰ ਆਪਣੇ ਨਾਲ ਲਾਈਟ ਸ਼ੀਸ਼ਾ ਬੰਪਰ ਬੰਪਰ ਚ ਸਭ ਕੁਛ ਓਕੇ ਰਿਪੋਰਟ ਕਰ ਦੇਣਗੇ ਪੇਂਟ ਸ਼ੇਂਟ ਵੀ ਆ ਕਰ ਦੇਣਗੇ ਸਭ ਕੁਛ ਤੇ ਕੱਲ ਨੂੰ ਆਪਾਂ ਸਵੇਰੇ ਆਵਾਂਗੇ ਹੁਣ 10 ਵਜੇ ਉੱਠ ਜੀ ਟਾਈਮ ਨਾਲ ਦੇਖਦੇ ਚੰਗਾ ਜੀ ਫਿਰ ਚੱਲੀਏ ਨਾ ਚਲੋ ਰਾਣੂ ਡਰ